100 ਰੈਬਿਟ ਤੋਂ ਸ਼ੁਰੂ ਕਰਦੇ ਹਾਂ। ਇਹਦੇ 'ਚ 5 ਬਰੀਡ ਆ, ਨਿਊਜ਼ੀਲੈਂਡ ਵਾਈਟ, ਗ੍ਰੇਜ਼ਲੈਂਡ, ਸ਼ੋਬੀਏ, ਚਿੰਚਲਾ, ਡੱਚ ਅਤੇ ਬਲੈਕਸ ਆ। ਜੋ ਵੀ ਮਾਲ ਆ ਜਿਹਦੇ ਜਿਹੜਾ ਫਾਰਮ ਸਟਾਰਟ ਕਰਦਾ ਉਹਦੇ ਨਾਲ ਬਕਾਇਦਾ ਸਟਾਂਪ ਪੇਪਰ 'ਤੇ ਲਿਖ ਕੇ ਐਗਰੀਮੈਂਟ ਹੁੰਦਾ ਕਿ ਉਹਦਾ ਮਾਲ ਚੱਕਣ ਦੀ 101% ਗਰੰਟੀ ਹੁੰਦੀ ਆ। ਸਭ ਤੋਂ ਪਹਿਲਾਂ ਜੀ ਆਪਣੀ ਖੇਤੀ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਵਰਿੰਦਰ ਸਿੰਘ ਆ, ਪਿੰਡ ਢਿਲਵਾਂ ਖੁਰਦ, ਡਿਸਟ੍ਰਿਕਟ ਫਰੀਦਕੋਟ, ਜਿਹੜਾ ਕਿ ਆਪਣਾ ਫਰੀਦਕੋਟ ਤੋਂ ਗੁਰੂ ਅਰਸਾਈ ਰੋਡ 'ਤੇ ਪਿੰਡ ਪੈਂਦਾ ਆਪਣਾ ਢਿਲਵਾਂ ਖੁਰਦ, ਫਰੀਦਕੋਟ ਤੋਂ ਨੀਅਰ ਅਬਾਊਟ 18 ਕਿਲੋਮੀਟਰ ਤੋਂ। 5 ਸਾਲ ਪਹਿਲਾਂ ਜਿਹੜਾ ਆਪਾਂ ਪੰਜ ਸਾਲ ਪਹਿਲਾਂ ਆਪਾਂ ਕੰਮ ਸ਼ੁਰੂ ਕੀਤਾ ਸੀ ਰੈਬਿਟ ਫਾਰਮਿੰਗ ਦਾ। ਤਾਂ ਜਦੋਂ ਸਟਾਰਟਿੰਗ ਤੋਂ ਜਦੋਂ ਵੀ ਆਪਾਂ ਹੁਣ ਵੀ ਕੰਮ ਸ਼ੁਰੂ ਕਰਵਾਉਣਾ ਤਾਂ 100 ਰੈਬਿਟ ਤੋਂ ਕਰਵਾਉਣਾ, 100 ਤੋਂ ਹੀ ਆਪਾਂ ਕੀਤਾ ਸੀ। ਤਾਂ ਜਿਹੜਾ ਕਿ ਹੁਣ ਮੇਰੇ ਕੋਲ 150-150 ਜਿਹੜੇ ਰੈਬਿਟ ਦੇ 3 ਫਾਰਮ ਜਿਹੜੇ ਚੱਲ ਰਹੇ ਆ ਹੁਣ ਇਸ ਟਾਈਮ, ਉਦੋਂ ਅੱਗੇ ਜਿਹੜੀਆਂ ਬ੍ਰਾਂਚਿਸ ਮੇਰੀਆਂ ਬਣੀਆਂ ਪੂਰੇ ਪੰਜਾਬ 'ਚ ਨੀਅਰ ਅਬਾਊਟ 15 ਕੁ ਦੇ ਕਰੀਬ 15-16 ਦੇ ਕਰੀਬ ਬ੍ਰਾਂਚਿਸ ਜਿਹੜੀਆਂ ਬਣੀਆਂ ਹੋਈਆਂ। ਬਾਕੀ ਜਿਹੜੀਆਂ ਰਾਜਸਥਾਨ 'ਚ ਵੀ 2-4 ਫਾਰਮ ਚਾਰ ਕੁ ਹੈਗੇ ਆ, ਹਿਮਾਚਲ 'ਚ ਹੈਗੇ ਆ, ਜਿਹੜੇ ਆਪਣੇ ਤੋਂ ਅੱਗੇ ਕੰਮ ਕਰ। ਜਿਹੜਾ ਕਿ 100 ਰੈਬਿਟ ਤੋਂ ਸ਼ੁਰੂ ਕਰਦੇ ਹਾਂ, ਇਹਦੇ 'ਚ 5 ਬਰੀਡ ਆ, ਨਿਊਜ਼ੀਲੈਂਡ ਵਾਈਟ, ਗ੍ਰੇਜ਼ਲੈਂਡ, ਸ਼ੋਬੀਏ, ਚਿੰਚਲਾ, ਡੱਚ ਅਤੇ ਬਲੈਕਸ ਆ। ਜਿਹੜੀਆਂ ਹੁਣ ਵੀ ਅੱਗੇ ਜੋ ਵੀ ਕੰਮ ਸ਼ੁਰੂ ਕਰਦਾ ਉਹਨੂੰ ਅਸੀਂ ਇਸੇ 5 ਬਰੀਡਾਂ ਤੋਂ ਸ਼ੁਰੂ ਕਰਾਉਣੇ ਆ। 5 ਬਰੀਡ ਹੁੰਦੀਆਂ ਜਿਹੜੀਆਂ, ਘੱਟ ਤੋਂ ਘੱਟ ਜਿਹੜਾ ਕੰਮ ਸ਼ੁਰੂ ਕਰਨਾ 3 ਲੱਖ ਦਾ ਪ੍ਰੋਸੀਜਰ ਆ 100 ਰੈਬਿਟ ਦਾ, ਜਿਹਦੇ ਵਿੱਚ 100 ਰੈਬਿਟ ਹੁੰਦਾ, 10 ਪਿੰਜਰੇ ਹੁੰਦੇ ਆ, ਡਿਲੀਵਰੀ ਬਾਕਸ, ਫੀਡਰ ਬਾਕਸ, ਪਾਣੀ ਵਾਸਤੇ ਨਿਪਲਾਂ, ਟਰਾਂਸਪੋਰਟੇਸ਼ਨ, ਬਾਏਬੈਕ ਐਗਰੀਮੈਂਟ, 15 ਦਿਨ ਦੀ ਮੈਡੀਸਨ ਕਿੱਟੋ ਟ੍ਰੇਨਿੰਗ ਵਗੈਰਾ ਸਾਰਾ ਅਸੀਂ ਪੂਰਾ ਸੈਟਅਪ ਕਰਵਾ ਕੇ ਦਿੰਦੇ ਹਾਂ। ਉਹਦਾ ਅੱਗੇ 5 ਸਾਲ ਤੱਕ ਦਾ ਜੋ ਵੀ ਐਗਰੀਮੈਂਟ ਹੁੰਦਾ ਮਾਲ ਚੱਕਣ ਦਾ, ਉਹ ਸਾਰਾ ਅਸੀਂ ਕਰਦੇ। ਇਹਦੇ ਜਿਹੜਾ ਫੀਡ ਦਾ ਰੈਬਿਟ ਨੂੰ, ਇਹਨੂੰ ਇੱਕ ਟਾਈਮ ਜਿਹੜਾ ਆਪਾਂ ਫੀਡ ਦਿੰਦੇ ਹਾਂ, ਇੱਕ ਟਾਈਮ ਗ੍ਰੀਨ ਦਿੰਦੇ ਹਾਂ। ਫੀਡ ਦੇ ਵਿੱਚ ਜੋ ਕੀ ਆ, ਜਿਹੜਾ ਅਸੀਂ ਟ੍ਰੇਨਿੰਗ ਦੇ ਵਿੱਚ ਸਾਰਾ ਫਾਰਮੂਲਾ ਦੱਸਦੇ ਹਾਂ, ਜੋ ਵੀ ਮੱਕੀ, ਕਣਕ, ਚੋਕਰ ਵਗੈਰਾ ਸਾਰਾ ਪਾ ਕੇ ਫੀਡ ਆਪ ਹੀ ਜਿਹੜੀ ਘਰੇ ਤਿਆਰ ਹੋ ਜਾਂਦੀ ਹੈ। ਇੱਕ ਟਾਈਮ ਹਰਾ ਚਾਰਾ ਪਾਉਂਦੇ ਹਾਂ, ਹਰੇ 'ਚ ਜੋ ਵੀ ਆਪਣਾ ਟਾਈਮ 'ਤੇ ਹਰਾ ਹੁੰਦਾ, ਜਿਵੇਂ ਮੱਕੀ, ਬਾਜਰਾ ਜਾਂ ਸੈਲਾਂ, ਜਿਵੇਂ ਬਰਸੀਨ ਆ ਜਾਂਦਾ, ਉਹ ਸਾਰਾ ਯੂਜ਼ ਕੀਤਾ ਜਾਂਦਾ, ਉਹ ਵਧੀਆ ਖੁਸ਼ ਹੋ ਖਾ ਲਏ। ਇਹਦਾ ਪ੍ਰੋਪਰ ਜਿਹੜਾ ਸ਼ੈੱਡ ਆ, ਸ਼ੈੱਡ ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹ ਮੇਨਟੇਨ ਰੱਖਣਾ ਪੈਂਦਾ ਸਾਨੂੰ, ਜਿਵੇਂ ਸਰਦੀਆਂ ਦੇ ਵਿੱਚ ਤਾਂ ਇਹਨਾਂ ਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਕਿ ਸਰਦੀਆਂ ਦੇ ਵਿੱਚ ਬਸ ਇਹਨੂੰ 4 ਸਫੇਰਿਓ ਜਿਹੜਾ ਸ਼ੈੱਡ ਆ ਇੰਨਾ ਕਵਰ ਕਰ ਦਿੰਦੇ ਹਾਂ ਕਿ ਉਹਨੂੰ ਕਿਸੇ ਪਾਸਿਓ ਹਵਾ ਨਾ ਪੈਂਦਾ। ਤਾਂ ਜਿਹੜਾ ਗਰਮੀਆਂ ਦੇ ਵਿੱਚ ਇਹਨਾਂ ਨੂੰ ਕੂਲਰ ਵਗੈਰਾ ਲਾ ਕੇ 30-35 ਡਿਗਰੀ ਜਿਹੜਾ ਟੈਂਪਰੇਚਰ ਉਹ ਸੈੱਟ ਕੀਤਾ ਜਾਂਦਾ ਕਿ ਕਿਉਂਕਿ ਇਹਨਾਂ ਨੂੰ ਗਰਮੀ ਜ਼ਿਆਦਾ ਮਨਾਉਂਦੇ, ਇਹਨਾਂ ਨੂੰ ਸਰਦੀਆਂ 'ਚ ਕੋਈ ਜ਼ਿਆਦਾ ਪ੍ਰੋਬਲਮ ਨਹੀਂ। ਤਾਂ ਜਿਹੜਾ ਪਾਣੀ ਦਾ ਧਿਆਨ ਰੱਖੋ, ਗਰਮੀ 'ਚ 3 ਟਾਈਮ ਦਿਓ, ਸਰਦੀਆਂ 'ਚ 2 ਟਾਈਮ ਪਾਣੀ ਦਿਓ, ਪਾਣੀ ਤਾਜ਼ਾ ਹੋਵੇ, ਕੋਈ ਐਂ ਨਾ ਹੋਵੇ ਕਿ ਜਿਵੇਂ ਸਰਦੀਆਂ 'ਚ ਠੰਡਾ ਹੋ ਜਾਂਦਾ ਜਾਂ ਗਰਮੀਆਂ 'ਚ ਗਰਮ ਹੋ ਜਾਏ, ਤਾਂ ਜਿਹੜਾ ਇਹ ਮਤਲਬ ਆਰਾਮ ਨਾਲ ਆਪਦਾ ਐਡਜਸਟ ਕਰ ਸਕਦਾ। ਜੋ ਵੀ ਅੱਗੇ ਸਾਡੇ ਤੋਂ ਫਾਰਮ ਬਣਦੇ ਆ ਜਾਂ ਸਾਡਾ ਆਪਦਾ ਮਾਲ ਆਉਂਦਾ, ਇਹ ਸਾਰਾ ਸਾਡਾ ਜਿਹੜਾ ਕੇਰਲਾ ਔਰ ਚੇਨਈ ਸਾਈਡ ਸਾਊਥ ਦੇ ਵਿੱਚ ਜਾਂਦਾ। ਜੋ ਵੀ ਮਾਲ ਆ ਜਿਹਦੇ ਜਿਹੜਾ ਫਾਰਮ ਸਟਾਰਟ ਕਰਦਾ ਉਹਦੇ ਨਾਲ ਬਕਾਇਦਾ ਸਟਾਂਪ ਪੇਪਰ 'ਤੇ ਲਿਖ ਕੇ ਐਗਰੀਮੈਂਟ ਹੁੰਦਾ ਕਿ ਉਹਦਾ ਮਾਲ ਚੱਕਣ ਦੀ 101% ਗਰੰਟੀ ਹੁੰਦੀ ਆ। ਜੋ ਵੀ ਅੱਗੇ ਸਾਡੇ ਪਹਿਲਾਂ ਫਾਰਮ ਬਣੇ ਆ ਜਾਂ ਅੱਗੇ ਬਣ ਰਹੇ ਆ, ਕਿਸੇ ਨੂੰ ਵੀ ਕੋਈ ਡਾਊਟ ਹੋਵੇ ਕਿ ਅਸੀਂ ਕਿਸੇ ਦਾ ਮਾਲ ਨਹੀਂ ਚੱਕਿਆ ਟਾਈਮ 'ਤੇ ਜਾਂ ਕੋਈ ਹੈਗਾ, ਕਦੇ ਵੀ ਸਾਡੇ ਨਾਲ ਆ ਕੇ ਕੰਟੈਕਟ ਕਰ ਸਕਦਾ ਜਾਂ ਸਾਨੂੰ ਲਿਖ ਸਕਦਾ, ਕਦੇ ਵੀ ਇੱਦਾਂ ਦੀ ਪ੍ਰੋਬਲਮ ਨਹੀਂ ਆਈ ਜਿਹਦੇ ਨਾਲ ਐਗਰੀਮੈਂਟ ਕੀਤਾ ਉਹਦੇ ਨਾਲ ਸਿਰੇ ਤੱਕ ਨਿਭਾਇਆ, ਉਹ ਵੱਖਰੀ ਗੱਲ ਆ ਕਿ ਕਿਸੇ ਨੂੰ ਆਪਦੀਆਂ ਕੋਈ ਪ੍ਰੋਬਲਮ ਆ ਜਾਂਦੀਆਂ ਜਾਂ ਕੋਈ, ਕਿਉਂਕਿ ਹਰ ਫੀਲਡ ਦੇ ਵਿੱਚ ਕੋਈ ਵੀ ਆਪਾਂ ਲਾ ਲਈਏ ਕੰਮ, ਕੋਈ ਡੇਅਰੀ ਫਾਰਮਿੰਗ ਦਾ ਲਾ ਲਈਏ ਜਾਂ ਪੋਲਟਰੀ ਫਾਰਮ ਦਾ ਲਾ ਲਈਏ, ਹਰ ਵਿੱਚ ਪ੍ਰੋਫਿਟ ਲੋਸ ਹੁੰਦਾ, ਉਹ ਡਿਪੈਂਡ ਕਰਦਾ ਕਿ ਤੁਹਾਡੇ 'ਤੇ ਕਿੱਦਾਂ ਕੇਅਰ ਕਰਦੇ ਹਾਂ, ਕੀ ਕਰਦੇ ਹਾਂ। ਸਾਡਾ ਜਿਹੜਾ ਮੇਨ ਹੁੰਦਾ ਕਿ ਅਸੀਂ ਐਗਰੀਮੈਂਟ ਕਰਦੇ ਹਾਂ, ਉਹ ਐਗਰੀਮੈਂਟ 'ਤੇ ਖਰੇ ਉਤਰਦੇ ਹਾਂ ਕਿ ਜੋ ਵੀ ਮਾਲ ਤਿਆਰ ਹੁੰਦਾ ਉਹ ਅਸੀਂ ਚੱਕਾਂਗੇ, ਉਹ ਸਾਡੀ ਗਰੰਟੀ।